ਓ ਮੈਂ ਬੁੱਤ ਤੋੜੇ ਚੱਲੀ ਪੁਲਿਸ ਦੀ ਮਾਰ, ਦੱਸੋ ਸਾਡੇ ਪਿੱਛੇ ਆ ਕਿਹੜਾ ਜਥੇਦਾਰ। ਚਾਰੇ ਪਾਸੇ ਘੇਰਾ ਰਾਤਾ ਜੰਗਲਾਂ ਚ ਕੱਟੀਆਂ, ਦੱਸੋ ਇੱਥੇ ਆ ਕੇ ਸਾਡੀ ਕਿਹਨੇ ਲਈ ਆਸਾਰ। ਪੱਗ ਜਿਨ੍ਹਾਂ ਨੇ ਸਿਲਾਈ ਉਹਨਾਂ ਕੋਲੋਂ ਬਨਵਾਈ, ਜੈਪੁਰ ਵਾਲਾ ਕਿੱਸਾ ਭੁੱਲ ਤਾਂ ਨਹੀਂ ਗਏ। ਜੇ ਵੇਚਦੇ ਜ਼ਮੀਰਾਂ ਨਾ ਹੋਣਾ ਸੀ ਵਿਰੋਧ, ਅਸੀਂ ਚੱਲੇ ਸੱਚੇ ਰਾਹ ਤੇ ਸਾਡੇ ਮੁੱਲ ਤਾਂ ਨਹੀਂ ਪਏ। ਜੇ ਵੇਚਦੇ ਜ਼ਮੀਰਾਂ ਨਾ ਹੋਣਾ ਸੀ ਵਿਰੋਧ, ਚੱਲੇ ਸੱਚੇ ਰਾਹ ਤੇ ਸਾਡੇ ਮੁੱਲ ਤਾਂ ਨਹੀਂ ਪਏ। ਕਿੰਨੇ ਕਬਜੇ ਛਡਾਏ ਭੈਣਾਂ ਕਿੰਨੀਆਂ ਵਸਾਈਆਂ, ਕਈ ਏਜੰਸੀਆਂ ਤੇ ਸਾਡੇ ਪਿੱਛੇ ਆਪਣੇ ਲਾਈਆਂ। ਅਰਦਾਸ ਕੀਤੀ ਗੁਰੂ ਅੱਗੇ ਸ਼ੱਕ ਤੁਰਿਆ ਮੈਂ ਦੇਖ ਸੀ, ਸਿੱਖ ਕੌਮ ਜਿਉਂਦੀ ਲੈ ਕੇ ਬਦਲਾ ਦਿਖਾਊਗੀ, ਨਾਲੇ ਪਰਿਵਾਰ ਹੱਥ ਦੇ ਕੇ ਆਇਆ ਤੇਗ ਸੀ। ਸਾਡਾ ਸਿੰਘ ਰਣਜੀਤ ਯਾਰੋ ਹਾਲੇ ਤੱਕ ਹੀ ਅੰਦੀਰਾ, ਏ ਓਈ ਆ ਪੰਜਾਬ ਜਿੱਥੋਂ ਹਾਰਿਆ ਸਿਕੰਦਰਾ, ਓ ਜਿੱਥੋਂ ਹਾਰਿਆ ਸਿਕੰਦਰਾ। ਪੰਥ ਕਰ ਲਵੇ ਕਮੈਰੋ ਮਾਫੀ ਮੰਗੂ ਸਭ ਤੋਂ, ਨਾਲੇ ਪੰਥ ਕੋਲੋਂ ਮੰਗੂ ਨਾਲੇ ਮੰਗੂ ਉਸ ਰੱਬ ਤੋਂ, ਨਾਲੇ ਪੰਥ ਕੋਲੋਂ ਮੰਗੂ ਨਾਲੇ ਮੰਗੂ ਉਸ ਰੱਬ ਤੋਂ। ਬਾਈ ਜੀ, ਜੇ ਸੰਪਰਦਾਵਾਂ ਕਹਿੰਦੀਆਂ ਮੈਰੋ ਗਲਤ ਆ, ਫਿਰ ਅਕਾਲ ਤਖ਼ਤ ਸਾਹਿਬ 100 ਸਾਲ ਤੋਂ ਵੱਧ ਦਾ ਗੁਲਾਮ, ਉਹਨੂੰ SGPC ਤੋਂ ਛੁਡਾ ਕੇ ਦੁਬਾਰਾ ਪੰਥ ਪਾਤਸ਼ਾਹ ਜੀ ਬਿਰਾਜਮਾਨ ਹੋਣ, ਇੱਕ ਨਿਸ਼ਾਨ ਸਾਹਿਬ ਥੱਲੇ ਸਾਰੀਆਂ ਸੰਪਰਦਾਵਾਂ ਨੂੰ ਇਕੱਠੇ ਕਰਨ, ਖਾਲਸੇ ਨੂੰ ਹੁਕਮ ਕਰਨ ਵੀ ਜਿਹੜੀਆਂ ਹੁਣ ਤੱਕ ਬੇਅਦਬੀਆਂ ਹੋਈਆਂ, ਹੁਣ ਤੱਕ ਧੀਆਂ ਦੇ ਬਲਾਤਕਾਰ ਹੋਏ, ਹੁਣ ਤੱਕ ਨਸ਼ੇ ਵੇਚਣ ਵਾਲਿਆਂ ਨੇ ਜਿਹੜੇ ਨੌਜਵਾਨਾਂ ਦਾ ਘਾਣ ਕੀਤਾ, ਉਹਨਾਂ ਦਾ ਖਾਲਸਾ ਸੋਧਾ ਲਾਊਗਾ ਤੇ ਸਾਡਾ ਸਾਥ ਦੇਣ ਸੰਪਰਦਾਵਾਂ ਪਿੱਛੋਂ, ਤੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋਈ ਆ ਉਹਨਾਂ ਨੂੰ ਛੁਡਾਉਣ ਦਾ ਯਤਨ ਕਰਨ, ਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਅਕਾਲ ਤਖ਼ਤ ਸਾਹਿਬ ਆ ਕੇ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਦੇ ਖਿੜੇ ਮੱਥੇ ਹੋ ਕੇ ਮਾਫੀ ਮੰਗੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।